ਸਾਦਤ हसन ਮੰਟੂ ਦੀ ਕਹਾਣੀ ਹੈ ਖੁਦਾ ਦੀ ਕਸਮ ਉਧਰੋਂ ਮੁਸਲਮਾਨ ਤੇ ਇਧਰੋਂ ਹਿੰਦੂ ਅਜੇ ਤੱਕ ਆ ਜਾ ਰਹੇ ਸਨ ਕੈਂਪਾਂ ਦੇ ਕੈਂਪ ਭਰੇ ਪਏ ਸਨ ਜਿਨ੍ਹਾਂ ਚ ਕਹਾਵਤ ਅਨੁਸਾਰ ਤਿਲ ਧਰਨ ਲਈ ਸੱਚਮੁੱਚ ਕੋਈ ਥਾਂ ਨਹੀਂ ਸੀ ਪਰ ਇਹਦੇ باوجود ਉਹਨਾਂ ਚ ਤੁਨੇ ਜਾ ਰਹੇ ਸਨ ਲੋੜੀਂਦਾ ਅਨਾਜ ਹੈ ਨਹੀਂ ਸੇਧ ਦੀ ਸਾਮ ਸੰਭਾਲ ਦਾ ਕੋਈ ਪ੍ਰਬੰਧ ਨਹੀਂ ਬਿਮਾਰੀਆਂ ਫੈਲ ਰਹੀਆਂ ਨੇ ਇਹਦਾ ਦੋਸ਼ ਕਿਸ ਨੂੰ ਸੀ ਅਫੜਾ ਦਫੜੀ ਤਾਂ ਮਚੀ ਹੋਈ ਸੀ ਸਾਨ 48 ਚੜ ਚੁੱਕਿਆ ਸੀ ਤੇ ਸ਼ਾਇਦ ਮਾਰਚ ਦਾ ਮਹੀਨਾ ਇੱਧਰ ਤੇ ਉੱਧਰ ਦੋਵੇਂ ਪਾਸੇ ਰਜ਼ਾਕਾਰਾਂ ਲਈ ਰਾਹੀ ਉਦਾਲੀਆਂ ਹੋਈਆਂ ਤੀਵੀਆਂ ਤੇ ਬੱਚਿਆਂ ਨੂੰ ਲੈ ਜਾਣ ਦਾ ਸ਼੍ਰੇਸ਼ਟ ਕੰਮ ਸ਼ੁਰੂ ਹੋ ਚੁੱਕਿਆ ਸੀ ਸੈਂਕੜੇ ਮਰ ਤੌਰ ਤਾਂ ਮੁੰਡੇ ਤੇ ਕੁੜੀਆਂ ਇਸ ਨੇਕ ਕੰਮ 'ਚ ਹਿੱਸਾ ਲੈ ਰਹੀਆਂ ਸਨ ਮੈਂ ਜਦੋਂ ਉਹਨਾਂ ਨੂੰ ਵੱਧ ਚੜ ਕੇ ਇਸ ਕਾਰਜ 'ਚ ਜੁਟੇ ਦੇਖਦਾ ਤਾਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੁੰਦੀ ਇਸ ਵਾਸਤੇ ਕਿ ਇਨਸਾਨ ਆਪ ਇਨਸਾਨੀ ਬੁਰਾਈਆਂ ਦੇ ਅਸਾਰ ਮਟਾਉਣ ਦੀ ਕੋਸ਼ਿਸ਼ 'ਚ ਰੁੱਝਿਆ ਹੋਇਆ ਸੀ ਜੋ ਇੱਜ਼ਤਾਂ ਲੁੱਟੀਆਂ ਜਾ ਚੁੱਕੀਆਂ ਸੀ ਉਹਨਾਂ ਨੂੰ ਹੋਰ ਲੁੱਟ ਖਸੁੱਟ ਤੋਂ ਬਚਾਉਣਾ ਚਾਹੁੰਦਾ ਸੀ ਕਿਸ ਵਾਸਤੇ ਇਸ ਵਾਸਤੇ ਕਿ ਉਹਦਾ ਦਮਨ ਹੋਰ ਤੱਬਿਆਂ ਤੇ ਦਾਗਾਂ ਨਾਲ ਲਤਪਤ ਨਾ ਹੋ ਜਾਏ ਇਸ ਵਾਸਤੇ ਕਿ ਉਹ ਛੇਤੀ ਛੇਤੀ ਲਹੂ ਨਾਲ ਲਿਬੜੀਆਂ ਉਂਗਲੀਆਂ ਛੱਟ ਲਵੇ ਇਸ ਵਾਸਤੇ ਕਿ ਉਹ ਇਨਸਾਨੀਅਤ ਦਾ ਸੂਈ ਤਾਂ ਗੱਲ ਲੈ ਕੇ ਇੱਜ਼ਤਾਂ ਦੇ ਪਾٹے ਹੋਏ ਦਮਨ ਰਫੂ ਕਰ ਦੇਵੇ ਕੁਝ ਸਮਝ ਨਹੀਂ ਸੀ ਆਉਂਦਾ ਪਰ ਉਹਨਾਂ ਰਜ਼ਾਕਾਰਾਂ ਦਾ ਸੰਘਰਸ਼ ਫੇਰ ਵੀ ਸ਼ਲਾਘਾ ਯੋਗ ਜਾਪਦਾ ਸੀ ਉਹਨਾਂ ਨੂੰ ਸੈਂਕੜੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹਜ਼ਾਰਾਂ ਬਖੇੜੇ ਸਨ ਜੋ ਉਹਨਾਂ ਨੂੰ ਚੱਲਣੇ ਪੈਂਦੇ ਸਨ ਕਿਉਂਕਿ ਜਨਾਨੀ ਔਰਤਾਂ ਤੇ ਲੜਕੀਆਂ ਚੁਕੀਆਂ ਸਨ ਕੋਈ ਥਾਂ ਨਹੀਂ ਸੀ ਠਹਿਰਦੇ ਅੱਜ ਇੱਥੇ ਕੱਲ ਉੱਥੇ ਹੁਣ ਇਸ ਮਲੇ ਵਿੱਚ ਫਿਰ ਉਸ ਮਲੇ ਵਿੱਚ ਫਿਰ ਲਾਗੇ ਰਹਿਣ ਵਾਲੇ ਲੋਕ ਵੀ ਉਹਨਾਂ ਦੀ ਮਦਦ ਨਹੀਂ ਸੀ ਕਰਦੇ ਅਜੀਬ ਜਿਬ ਕਹਾਣੀਆਂ ਵੀ ਸੁਣਨ ਚਾਹੁੰਦੀਆਂ ਸਨ ਇੱਕ ਲਿਆਜ਼ਾ ਅਫਸਰ ਨੇ ਮੈਨੂੰ ਦੱਸਿਆ ਕਿ ਸਹਾਰਨਪੁਰ ਚ ਦੋ ਕੁੜੀਆਂ ਨੇ ਪਾਕਿਸਤਾਨ ਚ ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਦੂਜੇ ਨੇ ਗੱਲ ਸੁਣਾਈ ਕਿ ਜਦੋਂ ਜਲੰਧਰ ਚ ਇੱਕ ਕੁੜੀ ਨੂੰ ਜ਼ਬਰਦਸਤੀ ਕੱਢਿਆ ਗਿਆ ਤਾਂ ਕਬਜ਼ਾ ਕਰੀ ਬੈਠੇ ਬੰਦੇ ਦੇ ਸਾਰੇ ਖਾਨਦਾਨ ਨੇ ਉਹਨੂੰ ਇਓਂ ਵਿਦਾ ਕੀਤਾ ਜਿਵੇਂ ਉਹਨਾਂ ਦੀ ਬਹੂ ਹੋਵੇ ਤੇ ਕਿਸੇ ਦੂਰ ਦੁਰਾਡੇ ਸਫ਼ਰ ਤੇ ਜਾ ਰਹੀ ਹੋਵੇ ਕਈ ਕੁੜੀਆਂ ਦੇ ਮਾਪੇ ਮਾਪਿਆਂ ਦੇ ਡਰ ਕਰਕੇ ਰਾਹ 'ਚ ਹੀ ਆਤਮ ਹੱਤਿਆ ਕਰ ਲਈ ਕਈ ਸਦਮੇ ਨਾਲ پاگل ਹੋ ਗਈਆਂ ਕੁਝ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਉਹਨਾਂ ਨੂੰ ਤਿਹਾਰ ਲੱਗਦੀ ਪਾਣੀ ਦੀ ਬਜਾਏ ਸ਼ਰਾਬ ਮੰਗਦੀਆਂ ਤੇ ਨੰਗੀਆਂ ਅੰਗਾਲਾਂ ਬਕਦੀਆਂ ਮੈਂ ਉਹਨਾਂ ਬਰਾਮਦ ਕੀਤੀਆਂ ਹੋਈਆਂ ਕੁੜੀਆਂ ਤੇ ਤੀਵੀਆਂ ਬਾਰੇ ਸੋਚਦਾ ਤਾਂ ਮੇਰੀਆਂ ਅੱਖਾਂ ਸਾਹਮਣੇ ਕੇਵਲ ਫੁੱਲੇ ਹੋਏ ਢਿੱਡ ਉਬਰਣ ਲੱਗਦੇ ਇਹਨਾਂ ਢਿੱਡਾਂ ਦਾ ਕੀ ਹੋਊ ਇਹਨਾਂ 'ਚ ਜੋ ਕੁਝ ਭਰਿਆ ਹੋਇਆ ਉਹਦਾ ਮਾਲਕ ਕੌਣ ਹੈ ਪਾਕਿਸਤਾਨ ਜਾਂ ਹਿੰਦੁਸਤਾਨ ਤੇ ਉਹ 9 ਮਹੀਨਿਆਂ ਦਾ ਭਾਰ ਢੋਣਾ ਇਹਦੀ ਉਜਰਤ ਪਾਕਿਸਤਾਨ ਅਦਾ ਕਰੂ ਜਾਂ ਹਿੰਦੁਸਤਾਨ ਕਿ ਇਹ ਸਭ ਕੁਝ ਜ਼ਾਲਮ ਫਿਤਰਤ ਦੇ ਵਹੀ ਖਾਤੇ 'ਚ ਦਰਜ ਹੋਏਗਾ ਕਿ ਵਹੀ ਖਾਤੇ ਦਾ ਕੋਈ ਸਫਾ ਖਾਲੀ ਰਹਿ ਗਿਆ। ਬਰਾਮਦ ਹੋਈਆਂ ਤੀਵੀਆਂ ਆ ਰਹੀਆਂ ਸਨ। ਬਰਾਮਦ ਹੋਈਆਂ ਤੀਵੀਆਂ ਜਾ ਰਹੀਆਂ ਸਨ। ਮੈਂ ਸੋਚਦਾ ਸੀ ਇਹਨਾਂ ਤੀਵੀਆਂ ਨੂੰ ਉਧਾਲੀਆਂ ਕਿਉਂ ਕਿਹਾ ਜਾਂਦਾ ਹੈ? ਇਹਨਾਂ ਨੂੰ ਉਧਾਲਿਆ ਕਦੋਂਗੇ? ਉਧਾਲਾ ਤਾਂ ਇੱਕ ਬੜਾ ਰੋਮਾਂਟਿਕ ਕੰਮ ਹੈ। ਜਸਟ ਮਰਦ ਤੇ ਔਰਤ ਦੋਵੇਂ ਸ਼ਰੀਕ ਹੁੰਦੇ ਨੇ। ਉਧਾਲਾ ਤਾਂ ਇੱਕ ਅਜਿਹੀ ਖਾਈ ਹੈ ਜਿਹਨੂੰ ਟੱਪਣ ਤੋਂ ਪਹਿਲਾਂ ਦੋਵਾਂ ਰੂਹਾਂ ਦੇ ਸਾਰੇ ਤਾਰ ਛੰਛਣਾ ਉੱਠਦੇ ਨੇ। ਪਰ ਇਹ ਕਿ ਹੋ ਜਾ ਉਧਾਲਾ ਕਿ ਇੱਕ ਨਿਹੱਥੀ ਨੂੰ ਫੜ ਕੇ ਕੋਠੜੀ 'ਚ ਕੈਦ ਕਰ ਲਿਆ ਉਹ ਜ਼ਮਾਨਾ ਹੀ ਅਜਿਹਾ ਸੀ ਵੀ ਦਰਸ਼ਨ ਦਲੀਲ ਤੇ ਫਲਸਫਾ ਸਭ ਬੇਕਾਰ ਚੀਜ਼ਾਂ ਸਨ ਉਹੀ ਦਿਨ ਜਿਸ ਤਰ੍ਹਾਂ ਲੋਕ ਗਰਮੀਆਂ 'ਚੀਂ ਦਰਵਾਜ਼ੇ ਤੇ ਖਿੜਕੀਆਂ ਬੰਦ ਕਰਕੇ ਸੌਂਦੇ ਸੀ ਉਸੇ ਤਰ੍ਹਾਂ ਮੈਂ ਆਪਣੇ ਦਿਲ ਤੇ ਦਿਮਾਗ ਦੀਆਂ ਸਭ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਲਏ ਸਨ ਹਾਲਾਂਕਿ ਉਹਨਾਂ ਨੂੰ ਖੁੱਲਾ ਰੱਖਣ ਦੀ ਜ਼ਿਆਦਾ ਜ਼ਰੂਰਤ ਉਸੇ ਵੇਲੇ ਸੀ ਪਰ ਮੈਂ ਕੀ ਕਰਦਾ ਮੈਨੂੰ ਕੁਝ ਸੁਝਦਾ ਹੀ ਨਹੀਂ ਸੀ ਬ੍ਰਾਹਮਤ ਹੋਈਆਂ ਔਰਤਾਂ ਆ ਰਹੀਆਂ ਸਨ ਬ੍ਰਾਹਮਤ ਹੋਈਆਂ ਔਰਤਾਂ ਜਾ ਰਹੀਆਂ ਸਨ ਇਹ ਦ੍ਰਮਤ ਤੇ ਬ੍ਰਾਹਮਤ ਜਾਰੀ ਸੀ ਸੁਮੁੱਚੇ ਵਪਾਰਕ ਲਖਣਾ ਨਾਲ ਪੱਤਰਕਾਰ ਕਹਾਣੀਕਾਰ ਕਵੀ ਆਪਣੀ ਕਲਮ ਚੁੱਕੀ ਸ਼ਿਕਾਰ ਚ ਰੁੱਝੇ ਸਨ ਖਬਰਾਂ ਕਹਾਣੀਆਂ ਨਜ਼ਮਾਂ ਦਾ ਇਕ ਹਾੜ ਸੀ ਕਿ ਹੱਦਾਂ ਬਨੇ ਟੱਪਦਾ ਚੱਲਿਆ ਜਾ ਰਿਹਾ ਸੀ ਕਲਮਾਂ ਦੇ ਕਦਮ ਓਖੜ ਓਖੜ ਜਾਂਦੇ ਉਹ ਇੰਨੇ ਜਕੜੇ ਹੋਏ ਸਨ ਸਭ ਮੱਤਰ ਗਏ ਇੱਕ ਲਿਆਜ਼ਾ ਅਫਸਰ ਮੈਨੂੰ ਮਿਲਿਆ ਕਹਿਣ ਲੱਗਾ ਤੁਸੀਂ ਗੁਮਸਮ ਕਿਉਂ ਰਹਿੰਦੇ ਹੋ ਮੈਂ ਕੋਈ ਜਵਾਬ ਨਾ ਦਿੱਤਾ ਉਹਨੇ ਮੈਨੂੰ ਇੱਕ ਦਾਸਤਾਨ ਸੁਣਾਈ ਉਧਾਲੀਆਂ ਹੋਈਆਂ ਔਰਤਾਂ ਦੀ ਖੋਜ ਵਿੱਚ ਅਸੀਂ ਮਾਰੇ ਮਾਰੇ ਫਿਰਦੇ ਹਾਂ ਇੱਕ ਸ਼ਹਿਰੋਂ ਦੂਜੇ ਸ਼ਹਿਰ ਇੱਕ ਪਿੰਡ ਤੋਂ ਦੂਜੇ ਪਿੰਡ ਫਿਰ ਤੀਜੇ ਪਿੰਡ ਫਿਰ ਚੌਥੇ ਗਲੀ ਗਲੀ ਮਹੱਲੇ ਮੱਲੇ ਕੁਚੇ ਕੁਚੇ ਬੜੀਆਂ ਮੁਸ਼ਕਲਾਂ ਨਾਲੋ ਮੋਤੀ ਹੱਥ ਆਉਂਦਾ ਜਿਹਨੂੰ ਅਸੀਂ ਭਾਲਦੇ ਹੁੰਦੇ ਹਾਂ ਤੂੰ ਨਹੀਂ ਜਾਣਦਾ ਸਾਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਖैर ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਅਸੀਂ ਬਾਰਡਰ ਦੇ ਉਸ ਪਾਰ ਸੈਂਕੜੇ ਫੇਰੇ ਮਾਰ ਚੁੱਕੇ ਹਾਂ ਅਜੀਬ ਬਾਤ ਹੈ ਕਿ ਮੈਂ ਹਰ ਫੇਰੇ 'ਚ ਇੱਕ ਬੁੱਢੀ ਨੂੰ ਵੇਖਿਆ ਇੱਕ ਮੁਸਲਮਾਨ ਬੁੱਢੀ ਨੂੰ ਢੇੜ ਉਮਰ ਦੀ ਮੁਸਲਮਾਨ ਬੁੱਢੀ ਪਹਿਲੀ ਵਾਰ ਮੈਂ ਉਹਨੂੰ ਜਲੰਧਰ ਦੀਆਂ ਬਸਤੀਆਂ 'ਚ ਵੇਖਿਆ ਬੁਰਾ ਹਾਲ ਹਿੱਲਿਆ ਹੋਇਆ ਦਿਮਾਗ ویرਾਨ ویرਾਨ ਅੱਖਾਂ ਗਰਦ ਨਾਲ اٹੇ ਹੋਏ ਵਾਲ ਪਾਟੇ ਪੁਰਾਣੇ ਕੱਪੜੇ ਨਾ ਤੰਦ ਦਾ ਹੋਸ਼ ਨਾ ਮੰਦ ਪਰ ਉਹਦੀਆਂ ਨਿਗਾਹਾਂ ਤੋਂ ਸਾਫ਼ ਜ਼ਾਹਿਰ ਸੀ ਉਹ ਕਿਸੇ ਨੂੰ ਲੱਭ ਰਹੀ ਹੈ ਮੈਨੂੰ ਸ ਭੈਣ ਨੇ ਦੱਸਿਆ ਕਿ ਔਰਤ ਸਦਮੇ ਦੀ ਮਾਰੀ ਪਾਗਲ ਹੋ ਗਈ ਹੈ ਪਟਿਆਲੇ ਦੀ ਰਹਿਣ ਵਾਲੀ ਹੈ ਆਪਣੀ ਇਕਲੌਤੀ ਧੀ ਤੋਂ ਵਿਛੜ ਗਈ ਹੈ ਅਸੀਂ ਬੜੇ ਯਤਨ ਕੀਤੇ ਉਹਦੀ ਲੜਕੀ ਨੂੰ ਲੱਭਣ ਦੇ ਪਰ ਅਸਫਲ ਰਹੇ ਲੱਗਦਾ ਹੈ ਹੱਲਿਆਂ ਚ ਮਾਰੀ ਗਈ ਪਰ ਬੁੱਢੀ ਨਹੀਂ ਮੰਦੀ ਦੂਜੀ ਵਾਰ ਮੈਂ ਉਸ ਪਾਗਲ ਬੁੱਢੀ ਨੂੰ ਸਹਾਰਨਪੁਰ ਦੇ ਲਾਰੀਆਂ ਦੇ ਅੱਡੇ ਤੇ ਦੇਖਿਆ ਉਹਦੀ ਹਾਲਤ ਪਹਿਲਾਂ ਤੋਂ ਵੀ ਪਿਹੜੀ ਤੇ ਖਸਤਾ ਸੀ ਉਦੇ ਅੰਬੁੱਲਾਂ ਤੇ ਪੇਪੜੀਆਂ ਜੰਮੀਆਂ ਸਨ ਵਾਲ ਸਾਧਾਂ ਦੀਆਂ ਜਟਾਂਰ ਗਈ ਹੋਏ ਸਨ ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਚਾਇਆ ਕਿ ਆਪਣਾ ਭਰਮ ਛੱਡੇ ਤੇ ਲੱਭਣਾ ਬੰਦ ਕਰੇ ਮੈਂ ਇਸ ਗਰਜ਼ ਨਾਲ ਬੜਾ ਵੱਡਾ ਪੱਥਰ ਦਿਲ ਬਣ ਕੇ ਉਹਨੂੰ ਕਿਹਾ ਮਾਈ ਤੇਰੀ ਲੜਕੀ ਕਤਲ ਕਰ ਦਿੱਤੀ ਗਈ ਸੀ ਪਗਲੀ ਨੇ ਮੇਰੇ ਵੱਲ ਦੇਖਿਆ ਕਤਲ ਨਹੀਂ ਉਹਦੇ ਲੈਜਿਟ ਫौलाਦੀ ਯਕੀਨ ਪੈਦਾ ਹੋ ਗਿਆ ਉਹਨ ਕੋਈ ਕਤਲ ਨਹੀਂ ਕਰ ਸਕਦਾ ਮੇਰੀ ਬੇਟੀ ਨੂੰ ਕੋਈ ਕਤਲ ਨਹੀਂ ਕਰ ਸਕਦਾ ਤੁੱਚ ਚਲੀ ਗਈ ਪਰ ਮੀ ਪਏ ਚਤ ਨਾਲ ਆਪਣੀ ਧੀ ਦੀ ਤਲਾਸ਼ ਵਿੱਚ ਮੈਂ ਸੋਚਿਆ ਇੱਕ ਨਿਰੰਤਰ ਤੇ ਵਹਿਮੀ ਭਾਲ ਪਰ ਪਗਲੀ ਨੂੰ ਕਿਉਂ ਇੰਨਾ ਯਕੀਨ ਸੀ ਕਿ ਉਹਦੀ ਬੇਟੀ ਉੱਤੇ ਕੋਈ ਕਿਰਪਾਨ ਨਹੀਂ ਉੱਠ ਸਕਦੀ ਕੋਈ ਤੇਜ ਧਾਰ ਵਾਲਾ ਜਾਂ ਖੁੰਡਾ ਛੋਰਾ ਉਹਦੀ ਗਰਦਨ ਵੱਲ ਨਹੀਂ ਵੱਧ ਸਕਦਾ ਮਮਤਾ ਬਿਆਨੋਂ ਪਰੇ ਯਕੀਨ ਹੁੰਦੀ ਹੈ ਤਾਂ ਕਿ ਉਹ ਆਪਣੀ ਮਮਤਾ ਢੂੰਡ ਰਹੀ ਸੀ ਤੀਜੇ ਫੇਰੇ ਸਮੇਂ ਮੈਂ ਉਹਨੂੰ ਫੇਰ ਦੇਖਿਆ ਹੁਣ ਉਹ ਬਿਲਕੁਲ ਚਿਥੜਿਆਂ ਵਿੱਚ ਸੀ ਕਰੀਬ-ਕਰੀਬ ਨੰਗੀ ਮੈਂ ਉਹਨੂੰ ਕੱਪੜੇ ਦਿੱਤੇ ਪਰ ਉਹਨੇ ਕਬੂਲ ਨਾ ਕੀਤੇ ਮੈਂ ਉਹਨੂੰ ਆਖਿਆ ਮਾਈ ਮੈਂ ਸੱਚ ਕਹਿੰਨਾ ਤੇਰੀ ਲੜਕੀ ਪਟਿਆਲੇ ਦੀ ਕਤਲ ਕਤਲ ਕਰ ਦਿੱਤੀ ਗਈ ਸੀ ਉਹਨੇ ਫਿਰ ਉਸੇ ਫौलाਦੀ ਯਕੀਨ ਨਾਲ ਕਿਹਾ ਤੂੰ ਝੂਠ ਬੋਲਦਾ ਮੈਂ ਆਪਣੀ ਗੱਲ ਮੰਨਵਾਉਣ ਦੀ ਖਾਤਰ ਕਿਹਾ ਨਹੀਂ ਮੈਂ ਸੱਚ ਕਹਿੰਨਾ ਬਥੇਰੀ ਖਾਗਛਾਨ ਲਈ ਤੈਂ ਬਥੇਰਾ ਰੋ ਪਟ ਲਿਆ ਚੱਲ ਮੇਰੇ ਨਾਲ ਮੈਂ ਤੈਨੂੰ ਪਾਕਿਸਤਾਨ ਲੈ ਚੱਲੂੰਗਾ ਉਹਨੇ ਜਿਵੇਂ ਮੇਰੀ ਗੱਲ ਹੀ ਨਾ ਸੁਣੀ ਹੋਵੇ ਬੁੜਬੁੜਾਉਣ ਲੱਗੀ ਬੁੜਬੁੜਾਉਂਦਿਆਂ ਹੋਇਆਂ ਉਹ ਇਕਦਮ ਚੌਂਕੀ ਹੁਣ ਉਹਦੇ ਲੈਜ਼ੇਟ ਫौलाਦ ਤੋਂ ਵੀ ਠੋਸ ਯਕੀਨ ਸੀ ਨਹੀਂ ਮੇਰੀ ਬੇਟੀ ਨੂੰ ਕੋਈ ਕਤਲ ਨਹੀਂ ਕਰ ਸਕਦਾ ਮੈਂ ਪੁੱਛਿਆ ਕਿਉਂ ਕਤਲ ਨਹੀਂ ਕਰ ਸਕਦਾ ਬੁੱਢੀ ਨੇ ਹੌਲੀ-ਹੌਲੀ ਕਿਹਾ ਉਹ ਖੂਬਸੂਰਤ ਹੈ ਐਨੀ ਸੋਹਣੀ ਹੈ ਕਿ ਉਹਨੂੰ ਕੋਈ ਕਤਲ ਨਹੀਂ ਕਰ ਸਕਦਾ ਉਹਨੂੰ ਕੋਈ ਚਪੇੜ ਤੱਕ ਨਹੀਂ ਮਾਰ ਸਕਦਾ ਮੈਂ ਸੋਚਣ ਲੱਗਿਆ ਕਿ ਸੱਚੀ-ਮੁੱੱਚੀ ਐਨੀ ਸੋਹਣੀ ਸੀ ਕਿ ਹਰ ਮਾਂ ਦੀਆਂ ਅੱਖਾਂ 'ਚ ਉਹਦੀ ਔਲਾਦ ਚੰਦੇ ਆਫਤਾਬ ਚੰਦੇ ਮਹਾਤਬ ਹੁੰਦੀ ਹੈ ਮਗਰ ਇਸ ਤੂਫਾਨ ਚ ਕਿਹੜੀ ਖੂਬਸੂਰਤੀ ਹੈ ਜੋ ਇਨਸਾਨ ਦੀ ਖੁਰਦਰੇ ਹੱਥੋਂ ਬਚੀ ਹੈ ਫਿਰ ਵੀ ਹੋ ਸਕਦਾ ਕੁੜੀ ਸੱਚਮੁੱਚ ਖੂਬਸੂਰਤ ਹੋਵੇ ਪਰ ਫਰਾਰ ਦੇ ਲੱਖਾਂ ਰਾਹ ਨੇ ਦੁੱਖ ਹੀ ਕੈਸਾ ਚੌਕ ਹੈ ਜੋ ਆਪਣੇ ਇਰਦ-ਗਿਰਦ ਲੱਖਾਂ ਸਗੋਂ ਕਰੋੜਾਂ ਸੜਕਾਂ ਦਾ ਜਾਲ ਪੁੰਨ ਦਿੰਦਾ ਬਾਰਡਰ ਦੇ ਉਸ ਪਾਰ ਕਈ ਫੇਰੇ ਲੱਗੇ ਤੇ ਹਰ ਵਾਰ ਮੈਂ ਉਸ ਪਗਲੀ ਨੂੰ ਦੇਖਿਆ ਉਹਨੂੰ ਹੱਡੀਆਂ ਦਾ ਢਾਂਚਾ ਰਹਿ ਗਈ ਸੀ ਨਿਗਾ ਘਟ ਗਈ ਸੀ ਢੋ ਟੋ ਚੱਲਦੀ ਸੀ ਉਹਦੀ ਭਾਲ ਜਾਰੀ ਸੀ ਬੜੀ ਸ਼ਿੱਦਤ ਨਾਲ ਉਹਦਾ ਯਕੀਨ ਉਸੇ ਤਰ੍ਹਾਂ ਪੱਕਾ ਸੀ ਕਿ ਉਹ ਦਿੱਤੀ ਜੀ ਆਉਂਦੀ ਹੈ ਇਸ ਵਾਸਤੇ ਕਿ ਉਹਨੂੰ ਕੋਈ ਮਾਰ ਨਹੀਂ ਸਕਦਾ ਸ ਭੈਣ ਨੇ ਮੈਨੂੰ ਕਿਹਾ ਕਿ ਇਸ ਔਰਤ ਨਾਲ ਮਗਜ਼ ਖਪਾਈ ਫਜ਼ੂਲ ਹੈ ਇਹਦਾ ਦਿਮਾਗ ਹਿਲ ਚੁੱਕਿਆ ਹੈ ਬੇਤਰੀ ਹੈ ਤੂੰ ਇਹਨੂੰ ਪਾਕਿਸਤਾਨ ਲੈ ਜਾ ਤੇ ਪਾਗਲਖਾਨੇ ਦਾਖਲ ਕਰਾ ਦੇ ਮੈਂ ਮناسب ਨਾ ਸਮਝਿਆ ਮੈਂ ਉਹਦੀ ਵੈਮੀਪਾਲ ਜੋ ਦੀ ਜ਼ਿੰਦਗੀ ਦਾ ਹਕੀਕੀ ਸਹਾਰਾ ਸੀ ਉਹ ਤੋਂ ਖੋਣਾ ਨਹੀਂ ਸੀ ਚਾਹੁੰਦਾ ਮੈਂ ਉਹਨੂੰ ਇੱਕ ਵਿਸ਼ਾਲ ਤੇ ਲੰਬੇ ਚੌੜੇ ਪਾਗਲਖਾਨੇ ਚ ਜਿਸ ਤੋਂ ਮੀਲਾਂ ਦਾ فاਸਲਾ ਤੈਅ ਕਰਕੇ ਆਪਣੇ ਪੈਰਾਂ ਦੇ ਛਾਲਿਆਂ ਦੀ ਤੇ ਬੁਝਾ ਸਕਦੀ ਸੀ ਉਠਾ ਕੇ ਇੱਕ ਨਿੱਕੇ ਜਿਹੇ ਚਾਰਦواری ਚ ਕੈਦ ਕਰਾਉਣਾ ਨਹੀਂ ਚਾਹੁੰਦਾ ਸੀ ਆਖਰੀ ਵਾਰ ਮੈਂ ਉਹਨੂੰ ਅਮਰਸਰਚ ਦੇਖਿਆ ਉਹਦੀ ਹਾਰੀ ਹੋਈ ਦੇਹ ਦਾ ਇਹ ਹਾਲ ਸੀ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਮੈਂ ਫੈਸਲਾ ਕਰ ਲਿਆ ਉਹਨੂੰ ਪਾਕਿਸਤਾਨ ਲੈ ਜਾਊਂਗਾ ਤੇ پاਗਲਖਾਨੇ 'ਚ ਦਾਖਲ ਕਰ ਦਊਂਗਾ ਉਹ ਫਰੀਦ ਦੇ ਚੌਂਕ 'ਚ ਖੜੀ ਆਪਣੀਆਂ ਨੀ ਮੰਨੀਆਂ ਅੱਖਾਂ ਨਾਲ ਇੱਧਰ ਉੱਧਰ ਦੇਖ ਰਹੀ ਸੀ ਮੈਂ ਸ ਭੈਣ ਨਾਲ ਇੱਕ ਦੁਕਾਨ ਤੇ ਬੈਠਾ ਇੱਕ ਉਦਾਲੀ ਹੋਈ ਲੜਕੀ ਬਾਬਤ ਬਾਤ ਚੀਤ ਕਰ ਰਿਹਾ ਸੀ ਜਿਸ ਬਾਰੇ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਉਹ ਸਾਬਣ ਬਾਜ਼ਾਰ 'ਚ ਇੱਕ Hindu ਬਾਣੀਏ ਦੇ ਘਰ ਬੈਠੀ ਹੈ ਗੱਲਬਾਤ ਮੁੱਕੀ ਤਾਂ ਮੈਂ ਉੱਠਿਆ ਉਸ ਪਗਲੀ ਨੂੰ ਝੂਠ ਸੱਚ ਕਹਿ ਕੇ ਉਹਨੂੰ ਪਾਕਿਸਤਾਨ ਜਾਣ ਲਈ ਰਾਜ਼ੀ ਕਰਾਂ ਕਿ ਇੱਕ ਜੋੜਾ ਉਧਰੋਂ ਲੰਘਿਆ ਤੀਵੀ ਨੇ ਕੁੰਡ ਕੱਢਿਆ ਹੋਇਆ ਸੀ ਛੋਟਾ ਜਿਹਾ ਕੁੰਡ ਉਹਦੇ ਨਾਲ ਇੱਕ ਸਿੱਖ ਗੱਭਰੂ ਸੀ ਬੜਾ ਛੈਲ ਬੰਕਾ ਬੜਾ ਨਰਵਾ ਤਿੱਖੇ ਨਾਂ ਨਕਸ਼ਾ ਵਾਲਾ ਜਦੋਂ ਦੋਵੇਂ ਉਸ ਪਗਲੀ ਦੇ ਕੋਲ ਦੀ ਲੰਗੇ ਗੱਭਰੂ ਇੱਕਦਮ ਠਟੰਬਰ ਗਿਆ ਉਹਨੇ ਦੋ ਹੱਥ ਪਿੱਛੇ ਹਟਕੇ ਤੀਵੀ ਦਾ ਹੱਥ ਫੜਿਆ ਕੁਝ ਇੰਨੇ ਅਚਾਨਕ ਢੰਗ ਨਾਲ ਕਿ ਤੀਵੀ ਨੇ ਆਪਣਾ ਛੋਟਾ ਜਿਹਾ ਕੁੰਡ ਚੁੱਕਿਆ ਲੱਠੇ ਦੀ ਧੋਤੀ ਹੋਈ ਚਿੱਟੀ ਚਾਦਰ ਦੇ ਘੇਰੇ 'ਚ ਮੈਨੂੰ ਇੱਕ ਕੁੜੀ ਦਾ ਜਿਹਾ ਗੁਲਾਬੀ ਚਿਹਰਾ ਦਿਖਾਈ ਦਿੱਤਾ ਜਿਹਦਾ ਹੁਸਨ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਉਹਦੇ ਐਨ ਕੋਲ ਖੜਾ ਸੀ ਸਿੱਖ ਗੱਭਰੂ ਨੇ ਉਸ ਰੂਪ ਦੀ ਰਾਣੀ ਨੂੰ ਉਸ ਪਗਲੀ ਵੱਲ ਇਸ਼ਾਰਾ ਕਰਦੇ ਹੌਲੀ ਜਿਹੀ ਆਖਿਆ ਤੇਰੀ ਮਾਂ ਗੁਲਾਬੀ ਚਿਹਰੇ ਵਾਲੀ ਕੁੜੀ ਨੇ ਇੱਕ ਪਲ ਹੀ ਦੇਖਿਆ ਤੇ कुंठ ਛੱਡ ਤੇ ਫਿਰ ਸਿੱਖ ਗੱਭਰੂ ਦੀ ਬਾਹ ਫੜ ਕੇ ਮਲਕੜੇ ਆਖਿਆ ਚਲੋ ਤੇ ਉਹ ਦੋਵੇਂ ਸੜਕ ਤੋਂ ਰਤਾ ਪਰਾਂ ਹਟ ਕੇ ਫੁਰਤੀ ਨਾਲ ਗਾਂ ਨਿਕਲ ਗਏ ਪਗਲੀ ਚੀਕੇ ਭਾਗਪਰੀ ਭਾਗਪਰੀ ਉਹ ਬੜੀ ਬੇਚੈਨ ਸੀ ਮੈਂ ਹੋਰ ਲਾਗੇ ਹੋ ਕੇ ਪੁੱਛਿਆ ਕੀ ਗੱਲ ਆ ਮਾਈ ਉਹ ਕੰਬ ਰਹੀ ਸੀ ਮੈਂ ਉਹਨੂੰ ਦੇਖਿਆ ਮੈਂ ਉਹਨੂੰ ਦੇਖਿਆ ਮੈਂ ਪੁੱਛਿਆ ਕਿਨੂੰ ਉਹਦੇ ਮੱਥੇ ਹੀਠਾਂ ਦੋ ਖੁੱਡਾਂ ਚ ਉਹਦੀਆਂ ਅੱਖਾਂ ਦੇ ਬੇਨੂਰ ਡੇਲੇ ਘੁੰਮ ਰਹੇ ਸਨ ਆਪਣੀ ਧੀ ਨੂੰ ਆਪਣੀ ਭਾਗਪਰੀ ਨੂੰ ਮੈਂ ਕਿਹਾ ਉਹ ਮਰ ਖੱਪ ਚੁੱਕੀ ਐ ਮਾਈ ਉਹਨੇ ਚੀਕਦੇ ਆਖਿਆ ਤੂੰ ਝੂਠ ਬੋਲਦਾ ਏ ਸਵੇਰਾ ਮੈਂ ਉਹਨੂੰ ਪੂਰਾ ਯਕੀਨ ਦਿਵਾਉਣ ਖਾਤਰ ਗਿਆ ਮੈਂ ਖੁਦਾ ਦੀ ਕਸਮ ਖਾ ਕੇ ਕਹਿਣਾ ਮਰ ਚੁੱਕੀ ਐ ਇਹ ਸੁਣਦਿਆਂ ਹੀ ਪਗਲੀ ਚੌਂਕ 'ਚ ਤੇਰੀ ਹੋ ਗਈ ਧੰਨਵਾਦ